ਇਹ ਕਿਹੜੇ ਸ਼ਾਸਤਰ ਦੇ ਵਿੱਚ ਲਿਖਿਆ ਕਿ ਅਗਰ ਮੈਂ ਆਪਣੇ ਮਹਿਰਮ ਬਾਬਾ ਨਾਨਕ ਦੇ ਦਰ ਦੇ ਉੱਤੇ ਜਾਣਾ ਹੋਵੇ ਤੇ ਮੈਨੂੰ ਜਾਣ ਨਾ ਦਿੱਤਾ ਜਾਵੇ? ਇਸ ਕਰਕੇ ਮੈਂ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਪੰਜ ਵਾਰ ਦੇ ਨਮਾਜ਼ੀ ਹੋ ਸਾਹਿਬ, ਪੰਜ ਵਾਰ ਨਮਾਜ਼ ਪੜ੍ਹਦੇ ਹੋ, ਅਸੀਂ ਵੀ ਦੋ ਵਾਰ ਅਰਦਾਸ ਕਰਦੇ ਹਾਂ। ਲੇਕਿਨ ਜਦੋਂ ਅਰਦਾਸ ਕਰਦੇ ਹਾਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਆਪਣੇ ਤੋਂ ਪਹਿਲਾਂ ਅਸੀਂ ਤੁਹਾਡਾ ਭਲਾ ਮੰਗਦੇ ਹਾਂ ਯਾਰੋ, ਤੁਹਾਡਾ ਭਲਾ ਮੰਗਦੇ ਹਾਂ। ਇਹੀ ਬਾਬਾ ਨਾਨਕ ਦੀ ਫਿਲਾਸਫੀ ਹੈ। ਬਾਬਾ ਨਾਨਕ ਦੀ ਫਿਲਾਸਫੀ ਜੋੜਦੀ ਹੈ, ਇਹ ਤੋੜਨ ਵਾਲੀ ਨਹੀਂ, ਇਹ ਆਪਸੀ ਭਾਈਚਾਰੇ ਦੀ ਆਵਾਜ਼ ਕਰਦੀ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਖੂਨ ਖਰਾਬਾ ਬੰਦ ਹੋਣਾ ਚਾਹੀਦਾ, ਅਮਨ ਵਾਪਸ ਆਉਣਾ ਚਾਹੀਦਾ, ਮਾਵਾਂ ਦੇ ਪੁੱਤ ਨਹੀਂ ਉੱਜੜਨੇ ਚਾਹੀਦੇ। ਡੁੱਲਾ ਕੀੜੀਆਂ ਦਾ ਲੱਖ ਮਣ ਆਟਾ, ਡੁੱਲਾ ਕੀੜੀਆਂ ਦਾ ਲੱਖ ਮਣ ਆਟਾ, ਮਾਵਾਂ ਦੇ ਇੰਨੇ ਪੁੱਤ ਡਿੱਗ ਪਏ, ਪੈਂਦਾ ਮਾਵਾਂ ਨੂੰ ਤਾਂ ਦੋਹੀਂ ਬੰਨੀ ਘਾਟਾ, ਹਾਰੇ ਜਾਂ ਕੋਈ ਜੰਗ ਜਿੱਤ ਜਾਏ। ਬਹੁਤ ਨੁਕਸਾਨ ਹੋ ਗਿਆ ਸਾਹਿਬ, ਬਹੁਤ ਨੁਕਸਾਨ ਹੋ ਗਿਆ, ਬਹੁਤ ਖੂਨ ਖਰਾਬਾ ਹੋ ਗਿਆ ਬਲਦੇ ਜੰਗਲਾਂ ਦੇ ਉੱਤੇ। ਹੁਣ ਫੇਰ ਕੋਈ ਪਾਣੀ ਪਾਉਣ ਵਾਲਾ ਹੋਣਾ ਚਾਹੀਦਾ, ਕੋਈ ਇਸ ਅੱਗ ਨੂੰ ਮਿਟਾਉਣ ਵਾਲਾ ਹੋਣਾ ਚਾਹੀਦਾ। ਮੈਂ ਇਸ ਕੋਰੀਡੋਰ ਨੂੰ ਇੱਕ ਬਹੁਤ ਵੱਡੀ ਸੰਭਾਵਨਾ ਦੇਖਦਾ। ਇਹ ਕੋਰੀਡੋਰ ਜੋੜਨ ਵਾਲਾ ਹੈ, ਇਹ ਲੋਕਾਂ ਦੇ ਦਿਲ ਮਿਲਾਉਣ ਵਾਲਾ ਹੈ, ਇਹ ਦਿਲਾਂ ਦੇ ਦਰਵਾਜ਼ੇ ਖੋਲ੍ਹਣ ਵਾਲਾ ਹੈ, ਇਹ ਸੰਪਰਕ ਕਰਾਉਣ ਵਾਲਾ ਹੈ। ਜਦੋਂ ਕੰਟੈਕਟ ਟੁੱਟਦਾ, ਸੰਪਰਕ ਟੁੱਟਦਾ ਤੇ ਸੰਦੇਹ ਪੈਦਾ ਹੁੰਦਾ ਹੈ, ਔਰ ਸੰਦੇਹ ਦੇ ਤਰਾਤਲ ਦੇ ਉੱਤੇ ਆਤਮ ਵਿਸ਼ਵਾਸ ਪਿਘਲ ਜਾਂਦਾ ਹੈ। ਬੜੀ ਦੇਰਾਂ ਦਾ ਇਹ ਸੰਪਰਕ ਟੁੱਟਿਆ ਹੋਇਆ ਸੀ, ਔਰ ਮੈਂ ਸ਼ੁਕਰਗੁਜ਼ਾਰ ਹਾਂ ਹਿੰਦੁਸਤਾਨ ਦੀ ਸਰਕਾਰ ਦਾ ਔਰ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦਾ ਕਿ ਜਿਹਨਾਂ ਦੁਬਾਰਾ ਇਹ ਸੰਪਰਕ ਬਣਾਇਆ ਹੈ। ਔਰ ਮੈਂ ਲਿਖ ਕੇ ਕਹਿਣਾ ਔਰ ਡੰਕੇ ਦੀ ਚੋਟ ਦੇ ਉੱਤੇ ਕਹਿਣਾ ਕਿ ਜਬ ਵੀ ਕਰਤਾਰਪੁਰ ਸਾਹਿਬ ਕਿ ਇਸ ਲਾਂਘੇ ਕਾ ਇਤਿਹਾਸ ਲਿਖਾ ਜਾਏਗਾ, ਖਾਨ ਸਾਹਿਬ ਜਬ ਵੀ ਇਸ ਕਰਤਾਰਪੁਰ ਕੇ ਲਾਂਘੇ ਕਾ ਇਤਿਹਾਸ ਲਿਖਾ ਜਾਏਗਾ, ਪਹਿਲੇ ਪੰਨੇ ਪੇ ਪਹਿਲੇ ਹਰਫ ਪੇ ਆਪਕਾ ਨਾਮ ਲਿਖਾ ਜਾਏਗਾ। ਇਹ ਚਮਤਕਾਰ ਹੈ, ਇਹ ਚਮਤਕਾਰ ਹੈ ਕਿ ਜੋ 71 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ 3 ਮਹੀਨਿਆਂ ਦੇ ਵਿੱਚ ਕਿੱਦਾਂ ਹੋ ਗਿਆ। ਬੰਦਾ ਉਹ ਚੰਗਾ ਜਿਹੜਾ ਵਚਨ ਦਾ ਪੱਕਾ, ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ, ਔਰ ਪਹਿਲੀ ਪਾਤਸ਼ਾਹੀ ਔਰ 10ਵੀਂ ਪਾਤਸ਼ਾਹੀ ਆਪਸ 'ਚ ਜੁੜੇ ਹੋਏ ਨੇ। ਬੰਦਾ ਉਹ ਚੰਗਾ ਜਿਹੜਾ ਵਚਨ ਦਾ ਪੱਕਾ, ਤੇ ਔਰਤ ਉਹ ਚੰਗੀ ਜਿਹਦੀਆਂ ਅੱਖਾਂ ਦੇ ਵਿੱਚ ਸ਼ਰਮ ਤੇ ਹਯਾ ਹੁੰਦੀ। ਵਚਨ ਨਿਭਾਏ ਵਜ਼ੀਰ ਆਜ਼ਮ ਸਾਹਿਬ, ਤੁਸੀਂ ਵੀ, ਤੁਹਾਡੇ ਜਰਨੈਲਾਂ ਨੇ ਵੀ, ਸਭ ਨੇ, ਕਰਨੈਲਾਂ ਨੇ ਵੀ, ਮੈਂ ਤੁਹਾਨੂੰ ਵਧਾਈ ਦਿੰਦਾ। ਔਰ ਹਿੰਦੁਸਤਾਨ ਦੀ ਸਰਕਾਰ ਨੇ ਉਹਦਾ ਇਸਤਕਬਾਲ ਕੀਤਾ, ਦੋਨਾਂ ਹੱਥਾਂ ਦੇ ਨਾਲ ਤਾੜੀ ਵੱਜਦੀ ਹੈ, ਦੋ ਖੰਭਾਂ ਦੇ ਨਾਲ ਉਡਾਨ ਹੁੰਦੀ ਹੈ। ਇਟ ਟੇਕਸ ਟੂ ਟੂ ਟੈਂਗੋ। ਦੋਨੋਂ ਹੀ ਵਧਾਈ ਦੇ ਪਾਤਰ ਹੋ, ਦੋਨੋਂ ਹੀ ਇਤਿਹਾਸ ਦੇ ਲਿਖਾਰੀ ਹੋ। ਖਾਨ ਸਾਹਿਬ, ਇਹ ਦਿਨ ਖਾਸ ਹੈ, ਇਹ 12 ਕਰੋੜ ਨਾਨਕ ਨਾਮ ਲੇਵਾ ਦਾ ਵਿਸ਼ਵਾਸ ਹੈ, ਔਰ ਸੱਚ ਪੁੱਛੋ ਇਹ ਜਿਉਂਦਾ ਜਾਗਦਾ ਇਤਿਹਾਸ ਹੈ, ਇਹ ਜਿਉਂਦਾ ਜਾਗਦਾ ਇਤਿਹਾਸ ਹੈ। ਦੋ ਪੰਜਾਬ ਟੁੱਟੇ, ਦਿਲ ਟੁੱਟੇ, ਅਸੀਂ ਝੇਲਿਆ, ਅਸੀਂ ਔਖਾਂ ਕੱਟੀਆਂ, ਅਸੀਂ ਔਕੜਾਂ ਕੱਟੀਆਂ, ਮਾਵਾਂ ਦੇ ਪੁੱਤ, ਸਭ ਤੋਂ ਵੱਡਾ ਬੋਝ ਦੁਨੀਆ ਦਾ ਕਿਸੇ ਪਿਤਾ ਦੇ ਕਨੇੜਿਆਂ ਦੇ ਉੱਤੇ ਉਹਦੇ ਬੇਟੇ ਦਾ ਜਨਾਜ਼ਾ, ਐਸੇ ਕਈ ਜਨਾਜ਼ੇ